ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਨੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਗ ਕਬੱਡੀ ਤੇ। ਸੋ ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਅਨੰਦਪੁਰ ਸਾਹਿਬ ਦੇ ਵੱਡੇ ਕਬੱਡੀ ਕੱਪ ਦੇ ਬਾਰੇ। ਤੇ ਦੋਸਤੋ, ਇਸ ਕਬੱਡੀ ਕੱਪ ਦੇ ਉੱਤੇ ਜੋਤੇ ਮਹਿਮਦ ਵਾਲੀ ਨੂੰ ਕ੍ਰੇਟਾ ਗੱਡੀ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਤੇ ਦੋਸਤੋ, ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਇਹ ਟੂਰਨਾਮੈਂਟ ਕਦੋਂ ਹੋਵੇਗਾ ਤੇ ਹੋਰ ਕੀ ਕੁਝ ਖਾਸ ਹੋਵੇਗਾ ਇਸ ਟੂਰਨਾਮੈਂਟ ਤੇ। ਤਾਂ ਦੋਸਤੋ, ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਰਿਕੁਐਸਟ ਆ ਕਿ ਜੇਕਰ ਤੁਸੀਂ ਨੇ ਹਾਲੇ ਤੱਕ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਵੋ, ਤਾਂ ਜੋ ਤੁਹਾਨੂੰ ਸਾਡੇ ਅੱਗੇ ਤੋਂ ਆਉਣ ਵਾਲੀਆਂ ਇਸੇ ਤਰ੍ਹਾਂ ਦੀਆਂ ਵੱਡੇ ਕਬੱਡੀ ਕੱਪਾਂ ਦੀਆਂ ਜਾਣਕਾਰੀਆਂ ਮਿਲਦੀਆਂ ਕਰਨ ਸਾਰਿਆਂ ਤੋਂ ਪਹਿਲਾਂ। ਤਾਂ ਚਲੋ ਦੋਸਤੋ, ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਦੋਸਤੋ, ਮਿਤੀ 17-18 ਮਾਰਚ 2022 ਨੂੰ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਵੱਡਾ ਨੌਰਥ ਇੰਡੀਆ ਫੈਡਰੇਸ਼ਨ ਦਾ ਕੱਪ ਕਰਵਾਇਆ ਜਾਵੇਗਾ। ਅਤੇ ਦੋਸਤੋ, ਇਸ ਕਬੱਡੀ ਕੱਪ ਦੇ ਉੱਤੇ ਜੋਤੇ ਮਹਿਮਦ ਵਾਲੀ ਨੂੰ ਕ੍ਰੇਟਾ ਗੱਡੀ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਅਤੇ ਦੋਸਤੋ, ਜੋਤਾ ਮਹਿਮਦ ਵਾਲੀ ਟੌਪ ਦਾ ਰੇਡਰ ਆ। ਕਮੈਂਟ ਸੈਕਸ਼ਨ ਦੇ ਵਿੱਚ ਜੋਤੇ ਮਹਿਮਦ ਵਾਲੀ ਨੂੰ ਮੁਬਾਰਕਾਂ ਜ਼ਰੂਰ ਦਿਓ। ਤਾਂ ਦੋਸਤੋ, ਇਹ ਸੀਗੀ ਅੱਜ ਦੀ ਵੀਡੀਓ। ਉਮੀਦ ਕਰਦਾ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇਗੀ। ਤਾਂ ਦੋਸਤੋ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਧੰਨਵਾਦ ਜੀ।